ਲੋ ਇੱਕ ਹੋਰ ਪਾਸਪੋਰਟ ਆਪਾਂ ਹੈਂਡ ਓਵਰ ਕਰਨ ਲੱਗੇ ਆ, ਨਾਮ ਹੈ ਮੁਹੰਮਦ ਆਮਿਰ, ਇਹਨਾਂ ਦੀ ਜਿਹੜੀ ਵਾਈਫ ਹੈ ਉਹ ਪਹਿਲੇ ਕੈਨੇਡਾ ਹੀ ਸੀਗੀ ਤੇ ਇਹਨਾਂ ਦਾ ਜਿਹੜਾ ਸਪਾਊਸ ਵੀਜ਼ਾ ਜਿਹੜਾ ਜਿਹਾ ਉਹ ਕੈਨੇਡਾ ਦਾ ਅਪਰੂਵ ਹੋਇਆ, ਲੈਂਡਮਾਰਕ ਦੀ ਟੀਮ ਨੇ ਅਪਰੂਵ ਕਰਾ ਕੇ ਦਿੱਤਾ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਕਿੱਦਾਂ ਦਾ ਐਕਸਪੀਰੀਅੰਸ ਰਿਹਾ ਜੀ ਤੁਹਾਡਾ? ਬਹੁਤ ਵਧੀਆ ਰਿਹਾ ਜੀ। ਕੀ ਕਹਿਣਾ ਚਾਹੋਗੇ ਲੈਂਡਮਾਰਕ ਦੇ ਲਈ, ਕਿੱਦਾਂ ਕੰਮ ਕਰਦੀ ਹੈ ਲੈਂਡਮਾਰਕ ਇਮੀਗ੍ਰੇਸ਼ਨ, ਕਿੰਨੇ ਪੁਆਇੰਟ ਦੇਣਾ ਚਾਹੋਗੇ ਅਗਰ ਆਪਾਂ 10 ਚੋਂ ਕਿੰਨੇ ਪੁਆਇੰਟ ਦੇਣਾ ਚਾਹੋਗੇ? 10 ਦੇ ਵਿੱਚੋਂ 10 ਜੀ। 10 ਦੇ ਵਿੱਚੋਂ 10 ਪੁਆਇੰਟ, ਮਤਲਬ ਟਾਈਮ ਟਾਈਮ ਤੇ ਅਪਡੇਟ ਕਰਦੇ ਰਹਿੰਦੇ ਸੀਗੇ। ਹਾਂ ਜੀ, ਟਾਈਮ ਰਿਗਾਰਡਿੰਗ ਕੋਈ ਕਨਫਿਊਜ਼ਨ ਕਿਸੇ ਤਰ੍ਹਾਂ ਦੀ? ਨਾ ਜੀ, ਕੋਈ ਕਨਫਿਊਜ਼ਨ ਨਹੀਂ, ਬਿਲਕੁਲ ਮਤਲਬ ਵਧੀਆ ਇਹਨਾਂ ਦੀ ਸਰਵਿਸਿਜ਼ ਹੈਗੀਆਂ। ਹਾਂ ਜੀ, ਬਹੁਤ ਵਧੀਆ। ਹੋਰ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਨ੍ਹਾਂ ਨੇ ਹਲਾ ਸਪਾਊਸ ਕੇਸ ਜਿਹੜੇ ਨੇ ਅਪਲਾਈ ਕਰਨੇ ਨੇ? ਕਿਉਂਕਿ ਸਪਾਊਸ ਕੇਸ ਦੇ ਵਿੱਚ ਇਦਾਂ ਦੀਆਂ ਜਿਹੜੀਆਂ ਮਤਲਬ ਕੰਮ ਕਰਨੇ ਪੈਂਦੇ ਨੇ ਫਾਈਲ ਦੇ ਉੱਪਰ, ਉਹ ਹਰ ਬੰਦਾ ਨਹੀਂ ਕਰ ਸਕਦਾ, ਇੱਕ ਐਕਸਪਰਟ ਬੰਦਾ ਹੀ ਕਰ ਸਕਦਾ, ਐਕਸਪਰਟ ਟੀਮ ਹੀ ਕਰ ਸਕਦੀ ਹੈ। ਕੋਈ ਸਪਾਊਸ ਕੇਸ ਦੇ ਰਿਫਿਊਜ਼ਲ ਦੇ ਚਾਂਸਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਹੁੰਦੇ ਨੇ, ਉਹ ਕਿਉਂਕਿ ਹਾਲਾਂਕਿ ਕਈ ਜਗ੍ਹਾ ਆਪਾਂ ਦੇਖਿਆ ਰਿਫਿਊਜ਼ ਹੁੰਦੇ ਵੀ ਆ, ਬਹੁਤ ਚਾਂਸਸ ਹੁੰਦੇ ਨੇ। ਤੁਸੀਂ ਕੀ ਕਹਿਣਾ ਚਾਹੋਗੇ ਜਿਹਨਾਂ ਨੇ ਅਪਲਾਈ ਕਰਨੇ ਨੇ ਬੇਸਿਕਲੀ? ਲੈਂਡਮਾਰਕ ਤੋਂ ਹੀ ਅਪਲਾਈ ਕਰਵਾਉਣ, ਵਧੀਆ ਗੱਲ ਆ। ਮਤਲਬ ਲੈਂਡਮਾਰਕ ਤੁਸੀਂ ਮੈਸੇਜ ਦੇਣਾ ਚਾਹੋਗੇ ਕਿ ਲੈਂਡਮਾਰਕ ਤੋਂ ਹੀ ਅਪਲਾਈ? ਹਾਂਜੀ ਹਾਂਜੀ ਹਾਂਜੀ। ਲਓ ਜੀ, ਤੁਹਾਡਾ ਪਾਸਪੋਰਟ ਦੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਕੈਨੇਡਾ ਦੀਆਂ ਜਾਣ ਦੀਆਂ, ਅਤੇ ਉੱਥੇ ਤੁਹਾਨੂੰ ਵਰਕ ਵੀ ਅਲਾਊਡ ਹੈ ਕਿਉਂਕਿ ਇਹਦੇ 'ਚ ਵਰਕ ਪਰਮਿਟ ਹੈਗਾ ਸਪਾਊਸ ਨੂੰ। ਇੱਕ ਛੋਟਾ ਜਿਹਾ ਗਿਫਟ ਹੈ ਜੀ ਲੈਂਡਮਾਰਕ ਵੱਲੋਂ, ਇੱਕ ਡਾਇਰੀ ਅਤੇ ਇੱਕ ਕੈਲੰਡਰ ਹੈਗਾ, ਇਹ ਵੀ ਤੁਸੀਂ ਲੈਂਡਮਾਰਕ ਦੀ ਟੀਮ ਵੱਲੋਂ ਤੁਹਾਨੂੰ ਹੈਂਡ ਓਵਰ।